ਭਾਈ ਰਣਜੀਤ ਸਿੰਘ ਜੀ ਅੱਜ ਤੁਸੀਂ ਜਲੰਧਰ ਵਿੱਚ ਮੀਟਿੰਗ 'ਚ ਆਏ ਸੀਗੇ ਜਿੱਥੇ ਕਿ ਭਾਈ ਜਸਵੀਰ ਸਿੰਘ ਜੀ ਵੱਲੋਂ ਇੱਕ ਸੁਨੇਹਾ ਲਾਇਆ ਗਿਆ ਸੀਗਾ ਅਤੇ ਬੀਤੇ ਦਿਨੀ ਜਿਹੜਿਆ ਕਿ ਉਹਨਾਂ ਦੇ ਸਪੁੱਤਰ ਗੁਰਮੁਖ ਸਿੰਘ ਨੂੰ ਪੁਲਿਸ ਵੱਲੋਂ ਫੜਿਆ ਗਿਆ ਅਤੇ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਭਾਈ ਜਸਵੀਰ ਸਿੰਘ ਜੀ ਰੋਡੇ, ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਵੀ ਰਹਿ ਚੁੱਕੇ ਆ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਉਹ ਭਤੀਜੇ ਲੱਗਦੇ ਆ, ਉਹਨਾਂ ਦੇ ਵੱਲੋਂ ਇੱਕ ਖਾਲਸਾ ਪੰਥ ਦੀ ਜਿਹੜੀ ਇਕੱਤਰਤਾ ਸੀ ਉਹ ਸੱਦੀ ਗਈ। ਵੱਖ ਵੱਖ ਜਥੇਬੰਦੀਆਂ, ਸੰਪਰਦਾਵਾਂ, ਫੈਡਰੇਸ਼ਨਾਂ ਦੇ ਆਗੂ ਸਾਹਿਬਾਨ ਅਤੇ ਬੇਅੰਤ ਜਿਹੜੀਆਂ ਸਿੱਖ ਸੰਗਤਾਂ ਆ ਉਹ ਪੰਜਾਬ ਭਰ ਤੋਂ ਅੱਜ ਇੱਥੇ ਆਈਆਂ ਸੀ। ਭਾਈ ਗੁਰਮੁਖ ਸਿੰਘ ਜੀ ਰੋਡੇ, ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪੋਤਰੇ ਲੱਗਦੇ ਸਨ, ਭਾਈ ਜਸਵੀਰ ਸਿੰਘ ਜੀ ਰੋਡੇ ਉਹਨਾਂ ਦੇ ਸਪੁੱਤਰ ਸਨ ਅਤੇ ਅੱਜ ਦੀ ਆਵਾਜ਼ ਅਖਬਾਰ ਦੇ ਉਹ ਸੰਪਾਦਕ ਸਨ। ਪਿਛਲੇ ਦਿਨੀਂ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਆ, ਅੱਜ ਵੱਖ ਵੱਖ ਜਥੇਬੰਦੀਆਂ ਨੇ ਉਸ ਗ੍ਰਿਫਤਾਰੀ ਦੀ ਜਿਹੜੀ ਨਿਖੇਧੀ ਆ ਉਹ ਕੀਤੀ ਆ। ਅਤੇ ਅਸੀਂ ਸਮਝਦੇ ਹਾਂ ਕਿ ਚਾਹੇ ਬਾਦਲ ਸਰਕਾਰ ਹੋਵੇ, ਚਾਹੇ ਕੈਪਟਨ ਸਰਕਾਰ ਹੋਵੇ ਅਤੇ ਚਾਹੇ ਕੋਈ ਹੋਰ, ਲਗਾਤਾਰ ਸਿੱਖ ਕੌਮ ਦੇ ਨਾਲ ਧੱਕੇ, ਜ਼ੁਲਮ, ਵਿਤਕਰੇ, ਬੇਇਨਸਾਫੀਆਂ ਜਿਹੜੀਆਂ ਆ ਉਹ ਕੀਤੀਆਂ ਜਾਂਦੀਆਂ ਆ ਰਹੀਆਂ ਆ। ਸੋ ਇਕੱਲੇ ਭਾਈ ਗੁਰਮੁਖ ਸਿੰਘ ਦੀ ਗੱਲ ਨਹੀਂ, ਬੇਅੰਤ ਜਿਹੜੇ ਸਿੱਖ ਨੌਜਵਾਨ ਆ ਉਹ ਜਿਹੜੀ ਪੰਜਾਬ ਪੁਲਿਸ ਆ ਉਹਨਾਂ ਨੂੰ ਵੱਖ ਵੱਖ ਕੇਸਾਂ ਦੇ ਵਿੱਚ ਫਸਾ ਰਹੀ ਹੈ। ਸੋ ਅੱਜ ਲੋੜ ਆ ਕਿ ਖਾਲਸਾ ਪੰਥ ਇੱਕਮੁੱਠ ਹੋ ਕੇ, ਇੱਕਜੁੱਟ ਹੋ ਕੇ ਉਹਨਾਂ ਨੌਜਵਾਨਾਂ ਦੀ ਰਿਹਾਈ ਦੇ ਲਈ ਜਿਹੜੀ ਆਪਣੀ ਆਵਾਜ਼ ਆ ਉਹ ਬੁਲੰਦ ਕਰੇ। ਅਤੇ ਜਿਸ ਬਾਦਲ ਪਰਿਵਾਰ ਨੇ ਇੱਕ ਪੂਰੇ ਪੰਥ ਦੇ ਉੱਤੇ ਇੱਕ ਗਲਬਾ ਪਾਇਆ ਹੋਇਆ ਆ, ਉਸ ਬਾਦਲ ਪਰਿਵਾਰ ਦਾ ਜਿਹੜਾ ਬਾਈਕਾਟ ਆ ਉਹ ਸਮੁੱਚੇ ਪੰਥ ਦੇ ਵੱਲੋਂ ਕੀਤਾ ਜਾਣਾ ਚਾਹੀਦਾ ਆ। ਕੈਪਟਨ ਸਰਕਾਰ ਦਾ ਜਿਹੜਾ ਬਾਈਕਾਟ ਆ ਉਹ ਹੋਣਾ ਚਾਹੀਦਾ ਹੈ ਅਤੇ ਇੱਕ ਖਾਲਸਾ ਪੰਥ ਦੀ ਜਿਹੜੀ ਧਿਰ ਆ ਉਹ ਪੰਜਾਬ ਦੇ ਵਿੱਚ ਉੱਭਰ ਕੇ ਸਾਹਮਣੇ ਆਵੇ। ਖਾਲਸਾ ਪੰਥ ਦੀ ਜਿਹੜੀ ਉਹ ਧਿਰ ਹੋਣੀ ਚਾਹੀਦੀ ਹੈ, ਪੰਥ ਦੀ ਧਿਰ ਹੋਣੀ ਚਾਹੀਦੀ ਆ, ਜਿਹੜੀ ਉਹ ਪੰਥ ਦੀ ਗੱਲ ਕਰੇ, ਜਿਹੜੀ ਪੰਜਾਬ ਦੀ ਗੱਲ ਕਰੇ। ਅਤੇ ਜਿਹੜੇ ਲਗਾਤਾਰ ਧੱਕੇ, ਜ਼ੁਲਮ, ਬੇਇਨਸਾਫੀਆਂ ਕੌਮ ਦੇ ਨਾਲ ਹੋ ਰਹੀਆਂ ਆ ਇਹਨੂੰ ਜਿਹੜਾ ਬੰਦ ਆ ਉਹ ਕੀਤਾ ਜਾ ਸਕੇ। ਵੱਖ ਵੱਖ ਆਗੂ ਸਾਹਿਬਾਨ ਆਏ ਆ। ਸੋ ਹੁਣ ਭਵਿੱਖ ਦੇ ਵਿੱਚ ਦੁਬਾਰਾ ਜਿਹੜੀਆਂ ਮੀਟਿੰਗਾਂ ਕਰਕੇ, ਇਕੱਤਰਤਾ ਕਰਕੇ ਜਿਹੜੇ ਵੱਡੇ ਫੈਸਲੇ ਆ ਉਹ ਲਏ ਜਾਣੇ ਆ। ਭਾਈ ਗੁਰਮੁਖ ਸਿੰਘ ਨੂੰ ਇੱਕ ਟ੍ਰੈਪ ਵਿਛਾ ਕੇ ਅਸੀਂ ਸਮਝਦੇ ਹਾਂ ਕਿ ਹੋ ਸਕਦਾ ਉਹਨਾਂ ਨੇ ਆਪਣਾ ਇੱਕ ਜਾਲ ਪਹਿਲਾਂ ਹੀ ਵਿਛਾਇਆ ਹੋਵੇ, ਉਹਦੇ ਰਾਹੀਂ ਗੁਰਮੁਖ ਸਿੰਘ ਦੀ ਜਿਹੜੀ ਗ੍ਰਿਫਤਾਰੀ ਆ ਉਹ ਕਰ ਲਈ ਗਈ ਆ। ਗੁਰਮੁਖ ਸਿੰਘ ਦੀ ਰਿਹਾਈ ਦੇ ਵਾਸਤੇ ਸਮੁੱਚੀਆਂ ਜਿਹੜੀਆਂ ਜਥੇਬੰਦੀਆਂ ਆ ਉਹ ਆਵਾਜ਼ ਬੁਲੰਦ ਕਰੀਆਂ, ਗੁਰਮੁਖ ਸਿੰਘ ਨੂੰ ਜਿਹੜਾ ਰਿਹਾਅ ਕਰਨਾ ਚਾਹੀਦਾ ਆ। ਸੋ ਇਹ ਹਮਲਾ ਸਿੱਖ ਕੌਮ ਦੇ ਉੱਤੇ ਹਮਲਾ ਆ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਰਿਵਾਰ ਦੇ ਉੱਤੇ ਹਮਲਾ ਆ, ਸਮੁੱਚੇ ਪੰਥ ਨੂੰ ਜਿਹੜੀ ਆਵਾਜ਼ ਆ ਉਹ ਬੁਲੰਦ ਕਰਨੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।